ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਬੇਟੇ ਦੇ ਲਈ ਪ੍ਰਚਾਰ ਕਰਨ ਆਏ ਮੁੱਖ ਮੰਤਰੀ ਭਗਵੰਤ ਮਾਨ ਨਿਊਜ਼ 18 ਤੇ ਬਹੁਤ ਵੱਡਾ ਬਿਆਨ ਦੇ ਕੇ ਕੀ ਕਹਿੰਦੇ ਕਿ 13-14 ਮਹਿਕਮੇ ਮੇਰੇ ਕੋਲ ਨੇ, ਸਰਕਾਰ ਮੈਂ ਚਲਾ ਰਿਹਾ, 8 ਸਾਲ ਤੋਂ ਮੈਂ ਪ੍ਰਧਾਨ ਹਾਂ, ਹੁਣ ਪ੍ਰਧਾਨ ਕਿਸੇ ਹੋਰ ਨੂੰ ਲਗਾ ਦਿੱਤਾ ਜਾਵੇ, ਪਾਰਟੀ ਦੇ ਅੰਦਰ ਤੁਸੀਂ ਕੀ ਚਾਹੁੰਦੇ ਹੋ? ਪ੍ਰਧਾਨ ਕੋਈ ਹੋਰ ਹੋਣਾ ਚਾਹੀਦਾ, ਸੰਗਠਨ ਮਜ਼ਬੂਤ ਹੋਣਾ ਚਾਹੀਦਾ, ਹਿੰਦੂ ਹੋਣਾ ਚਾਹੀਦਾ, ਦਲਿਤ ਹੋਣਾ ਚਾਹੀਦਾ, ਜਾਂ ਪਾਰਟੀ ਕਿਸ ਤਰੀਕੇ ਨਾਲ ਦੇਖਦੀ ਹੈ? ਮੁੱਖ ਮੰਤਰੀ ਸਾਹਿਬ ਦਾ ਜੋ ਬਿਆਨ ਹੈ, ਮੈਂ ਸਮਝਦਾ ਕਿ ਬੜਾ ਇੱਕ ਅੱਛਾ ਬਿਆਨ ਹੈ, ਕਿਉਂਕਿ ਮੁੱਖ ਮੰਤਰੀ ਦੇ ਆਪਣੇ ਜਿਹੜੇ ਕੰਮ ਨੇ ਉਹ ਬਹੁਤ ਜ਼ਿਆਦਾ ਨੇ। ਪੰਜਾਬ ਨੂੰ ਦੇਖਣਾ, ਪੰਜਾਬ ਸਰਕਾਰ ਨੂੰ ਦੇਖਣਾ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਵੀ ਹੈ ਅਤੇ ਬਹੁਤ ਵੱਡਾ ਕੰਮ ਵੀ ਹੈ, ਅਤੇ ਸੰਗਠਨ ਨੂੰ ਨਾਲ ਨਾਲ ਦੇਖਣਾ ਤਾਂ ਉਸ ਤੋਂ ਵੀ ਮੁਸ਼ਕਿਲ ਕੰਮ ਹੈ। ਸੋ ਸੰਗਠਨ ਨੂੰ ਮਜ਼ਬੂਤ ਕਰਨ ਲਈ, ਜੋ ਕਿ ਪਾਰਟੀ ਸਾਡੀ ਸੰਗਠਨ ਦੇ ਵਿੱਚ ਪਹਿਲਾਂ ਹੀ ਬਹੁਤ ਮਜ਼ਬੂਤ ਹੈ, ਔਰ ਸੰਦੀਪ ਪਾਠਕ ਜੀ ਜਨਰਲ ਸੈਕਟਰੀ ਇੰਚਾਰਜ ਜਿਹੜੇ ਆ, ਬਹੁਤ ਅੱਛਾ ਕੰਮ ਜਿਹੜਾ ਸੰਗਠਨ ਦੇ ਵਿੱਚ ਕਰ ਰਹੇ ਆ। ਸੋ ਮੈਂ ਸਮਝਦਾ ਕਿ ਸੰਗਠਨ ਤਾਂ ਬਿਲਕੁਲ, ਜਿਹੜਾ ਪ੍ਰਧਾਨ ਹੈ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ, ਮੈਂ ਉਸਦੇ ਨਾਲ ਬਿਲਕੁਲ ਸਹਿਮਤ ਹਾਂ, ਕਿਉਂਕਿ ਹਿੰਦੂ ਦਲਿਤ ਦੀ ਬੜੀ ਗੱਲ ਹੁੰਦੀ ਹੈ, ਤੁਸੀਂ ਦੁਆਬੇ ਦੇ ਵਿੱਚ ਇੱਕ ਵੱਡੇ ਦਲਿਤ ਚਿਹਰੇ ਦੇ ਤੌਰ ਤੇ ਵੀ ਹੋ, ਤੁਹਾਨੂੰ ਤਾਂ ਨਹੀਂ ਕੋਈ ਇਸ਼ਾਰਾ ਹੋਇਆ ਪ੍ਰਧਾਨ ਕਿਹਨੂੰ ਲੈ ਕੇ? ਦੇਖੋ, ਮਾਨਯੋਗ ਕੇਜਰੀਵਾਲ ਸਾਹਿਬ ਸਾਡੇ ਪਾਰਟੀ ਸੁਪਰੀਮੋ, ਉਹਨਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਦਲਿਤ ਲਾਣਾ ਜਾਂ ਕੋਈ ਹਿੰਦੂ ਚਿਹਰਾ ਲਾਣਾ ਜਾਂ ਕੀ ਲਗਾਉਣਾ, ਕਿਉਂਕਿ ਉਹਨਾਂ ਨੇ ਜੋ ਕੰਮ ਨੈਚੁਰਲ ਆਪਣੇ ਸਟਾਈਲ 'ਚ ਕਰਦੇ ਆ ਉਹ ਵੀ ਮੈਂ ਸਮਝਦਾ ਕਿ ਬਹੁਤ ਅੱਛਾ ਹੈ। ਹੁਣੇ ਹੁਣੇ ਸਾਡੇ ਭਗਤ ਜੀ ਸਾਡੇ 'ਚ ਖੜੇ ਆ ਔਰ ਬਹੁਤ ਵੱਡੇ ਮਾਰਜਨ ਨਾਲ ਜਿੱਤੇ ਆ ਅਤੇ ਮੰਤਰੀ ਬਣਾਏ ਆ, ਔਰ ਸਾਨੂੰ ਇਹ ਮਾਣ ਹੈ ਕਿ ਪੰਜਾਬ ਪ੍ਰਧਾਨ ਬਦਲਣ ਦੀ ਨੌਬਤ ਹੈ, ਕਿਉਂਕਿ 2022 ਦੇ ਵਿੱਚ ਜਿਹੜੀਆਂ 92 ਸੀਟਾਂ ਆਈਆਂ ਉਹ ਭਗਵੰਤ ਮਾਨ ਦੇ ਚਿਹਰੇ ਦੇ ਉੱਤੇ ਹੀ ਆਈਆਂ। ਕਹਿੰਦੇ ਆਮ ਆਦਮੀ ਪਾਰਟੀ 'ਚ ਪੰਜਾਬ ਸਭ ਤੋਂ ਵੱਡਾ ਚਿਹਰਾ ਉਹ ਭਗਵੰਤ ਮਾਨ ਹੀ ਨੇ, ਲੇਕਿਨ ਮਾਨ ਸਾਹਿਬ ਕਹਿ ਰਹੇ ਨੇ ਕਿ ਮੈਂ ਸਰਕਾਰ ਅਤੇ ਸੰਗਠਨ ਦੋਵੇਂ ਚੀਜ਼ਾਂ ਔਖੀਆਂ ਹੁੰਦੀਆਂ ਨੇ ਔਰ ਮੈਂ ਚਾਹੁੰਦਾ ਫੁੱਲ ਟਾਈਮ ਪ੍ਰਧਾਨ ਕੋਈ ਹੋਰ ਬਣੇ। ਦੇਖੋ, ਇਹ ਜਿਹੜੀ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਆਪਣੇ ਮਨ ਦੀ ਇੱਕ ਗੱਲ ਰੱਖੀ ਹੈਗੀ ਹੈ, ਇਹਦੇ ਉੱਪਰ ਫੈਸਲਾ ਜੋ ਲੈਣਾ ਉਹ ਲੈਣਾ ਹਾਈ ਕਮਾਂਡ ਨੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ। ਸੋ ਉਹਨਾਂ ਨੇ ਠੀਕ ਹੈ, ਉਹਨਾਂ ਨੇ ਮਹਿਸੂਸ ਕੀਤਾ ਹੋਣਾ ਕਿ ਮੈਂ ਅਗਰ ਪ੍ਰਧਾਨ ਕੋਈ ਹੋਰ ਹੋਵੇ ਤੇ ਬੈਟਰ ਕੰਮ ਹੋ ਸਕਦਾ ਹੈਗਾ, ਤੇ ਉਹਨਾਂ ਆਪਣੇ ਮਨ ਦੀ ਭਾਵਨਾ ਦੱਸੀ ਹੈ। ਪਾਰਟੀ ਤੁਹਾਨੂੰ ਕੀ ਲੱਗਦਾ ਮੰਤਰੀ ਦੇ ਤੌਰ ਤੇ, ਤੁਸੀਂ ਮੰਤਰੀ ਹੋ, ਹੁਣ ਨਵੇਂ ਨਵੇਂ ਮੰਤਰੀ ਬਣੇ ਹੋ, ਤੁਹਾਨੂੰ ਕੀ ਲੱਗਦਾ ਪ੍ਰਧਾਨ ਹੋਰ ਹੋਣਾ ਚਾਹੀਦਾ ਜਾਂ ਭਗਵੰਤ ਮਾਨ ਬਹੁਤ ਵੱਡਾ ਚਿਹਰਾ ਨੇ ਪਾਰਟੀ ਦਾ, ਕਹਿੰਦੇ ਵਨ ਮੈਨ ਆਰਮੀ ਹੈ ਤਾਂ ਉਹੀ ਰਹਿਣੇ ਚਾਹੀਦੇ? ਨਹੀਂ, ਮੈਂ ਤਾਂ ਤੁਹਾਨੂੰ ਪਹਿਲੇ ਵੀ ਕਿਹਾ ਹੈਗਾ ਕਿ ਜੋ ਉਹਨਾਂ ਆਪਣੇ ਮਨ ਦੀ ਭਾਵਨਾ ਰੱਖੀ ਉਹਦਾ ਹਰ ਆਦਮੀ ਦਾ ਆਪਣੇ ਮਨ ਦੀ ਗੱਲ ਰੱਖਣ ਦਾ ਹੱਕ ਹੈਗਾ। ਸੋ ਉਹਨਾਂ ਆਪਣੀ ਗੱਲ ਰੱਖੀ ਹੈਗੀ ਹੈ, ਉਹਦੇ ਬਾਅਦ ਜਿਹੜੀ ਫਾਈਨਲ ਫੈਸਲਾ ਜਾਂ ਜੋ ਸੋਚਣਾ ਇਹਦੇ ਪ੍ਰਤੀ ਸਾਡੇ ਹੈੱਡ ਜੋ ਹਾਈ ਕਮਾਂਡ ਹੈਗੀ ਹੈ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ, ਡਾਕਟਰ ਸੰਦੀਪ ਪਾਠਕ ਜੀ, ਉਹ ਸਾਰੇ ਕੰਮ ਕਰ ਰਹੇ ਨੇ। ਅਗਰ ਉਹਨਾਂ ਆਪਣੇ ਮਨ ਦੀ ਵਿਵਸਥਾ ਰੱਖੀ, ਕਿਤੇ ਨਾ ਕਿਤੇ ਕੋਈ ਗੱਲ ਹੋਏਗੀ ਅਤੇ ਉੱਥੇ ਗੱਲ ਟਰੈਵਲ ਕਰੇਗੀ ਅਤੇ ਦੈਨ ਦੇ ਵਿਲ ਡਿਸਾਈਡ। ਸੋ ਆਪਣੇ ਮਨ ਦੀ ਗੱਲ ਰੱਖੀ ਹੈਗੀ ਇਹਦੇ 'ਚ ਕੋਈ ਮਤਲਬ। ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਬੇਟੇ ਦੇ ਲਈ ਪ੍ਰਚਾਰ ਕਰਨ ਆਏ ਮੁੱਖ ਮੰਤਰੀ ਭਗਵੰਤ ਮਾਨ ਨਿਊਜ਼ 18 ਤੇ ਬਹੁਤ ਵੱਡਾ ਬਿਆਨ ਦੇ ਕੇ, ਕੀ ਕਹਿੰਦੇ ਕਿ 13-14 ਮਹਿਕਮੇ ਮੇਰੇ ਕੋਲ ਨੇ, ਸਰਕਾਰ ਮੈਂ ਚਲਾ ਰਿਹਾ, 8 ਸਾਲ ਤੋਂ ਮੈਂ ਪ੍ਰਧਾਨ ਹਾਂ, ਹੁਣ ਪ੍ਰਧਾਨ ਕਿਸੇ ਹੋਰ ਨੂੰ ਲਗਾ ਦਿੱਤਾ ਜਾਵੇ, ਪਾਰਟੀ ਦੇ ਅੰਦਰ ਤੁਸੀਂ ਕੀ ਚਾਹੁੰਦੇ ਹੋ? ਪ੍ਰਧਾਨ ਕੋਈ ਹੋਰ ਹੋਣਾ ਚਾਹੀਦਾ, ਸੰਗਠਨ ਮਜ਼ਬੂਤ ਹੋਣਾ ਚਾਹੀਦਾ, ਹਿੰਦੂ ਹੋਣਾ ਚਾਹੀਦਾ, ਦਲਿਤ ਹੋਣਾ ਚਾਹੀਦਾ, ਜਾਂ ਪਾਰਟੀ ਕਿਸ ਤਰੀਕੇ ਨਾਲ ਦੇਖਦੀ ਹੈ? ਮੁੱਖ ਮੰਤਰੀ ਸਾਹਿਬ ਦਾ ਜੋ ਬਿਆਨ ਹੈ, ਮੈਂ ਸਮਝਦਾ ਕਿ ਬੜਾ ਇੱਕ ਅੱਛਾ ਬਿਆਨ ਹੈ, ਕਿਉਂਕਿ ਮੁੱਖ ਮੰਤਰੀ ਦੇ ਆਪਣੇ ਜਿਹੜੇ ਕੰਮ ਨੇ ਉਹ ਬਹੁਤ ਜ਼ਿਆਦਾ ਨੇ। ਪੰਜਾਬ ਨੂੰ ਦੇਖਣਾ, ਪੰਜਾਬ ਸਰਕਾਰ ਨੂੰ ਦੇਖਣਾ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਵੀ ਹੈ ਅਤੇ ਬਹੁਤ ਵੱਡਾ ਕੰਮ ਵੀ ਹੈ, ਅਤੇ ਸੰਗਠਨ ਨੂੰ ਨਾਲ ਨਾਲ ਦੇਖਣਾ ਤਾਂ ਉਸ ਤੋਂ ਵੀ ਮੁਸ਼ਕਿਲ ਕੰਮ ਹੈ। ਸੋ ਸੰਗਠਨ ਨੂੰ ਮਜ਼ਬੂਤ ਕਰਨ ਲਈ, ਜੋ ਕਿ ਪਾਰਟੀ ਸਾਡੀ ਸੰਗਠਨ ਦੇ ਵਿੱਚ ਪਹਿਲਾਂ ਹੀ ਬਹੁਤ ਮਜ਼ਬੂਤ ਹੈ, ਔਰ ਸੰਦੀਪ ਪਾਠਕ ਜੀ ਜਨਰਲ ਸੈਕਟਰੀ ਇੰਚਾਰਜ ਜਿਹੜੇ ਆ, ਬਹੁਤ ਅੱਛਾ ਕੰਮ ਜਿਹੜਾ ਸੰਗਠਨ ਦੇ ਵਿੱਚ ਕਰ ਰਹੇ ਆ। ਸੋ ਮੈਂ ਸਮਝਦਾ ਕਿ ਸੰਗਠਨ ਤਾਂ ਬਿਲਕੁਲ, ਜਿਹੜਾ ਪ੍ਰਧਾਨ ਹੈ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ, ਮੈਂ ਉਸਦੇ ਨਾਲ ਬਿਲਕੁਲ ਸਹਿਮਤ ਹਾਂ, ਕਿਉਂਕਿ ਹਿੰਦੂ ਦਲਿਤ ਦੀ ਬੜੀ ਗੱਲ ਹੁੰਦੀ ਹੈ, ਤੁਸੀਂ ਦੁਆਬੇ ਦੇ ਵਿੱਚ ਇੱਕ ਵੱਡੇ ਦਲਿਤ ਚਿਹਰੇ ਦੇ ਤੌਰ ਤੇ ਵੀ ਹੋ, ਤੁਹਾਨੂੰ ਤਾਂ ਨਹੀਂ ਕੋਈ ਇਸ਼ਾਰਾ ਹੋਇਆ ਪ੍ਰਧਾਨ ਕਿਹਨੂੰ ਲੈ ਕੇ? ਦੇਖੋ, ਮਾਨਯੋਗ ਕੇਜਰੀਵਾਲ ਸਾਹਿਬ ਸਾਡੇ ਪਾਰਟੀ ਸੁਪਰੀਮੋ, ਉਹਨਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਦਲਿਤ ਲਾਣਾ ਜਾਂ ਕੋਈ ਹਿੰਦੂ ਚਿਹਰਾ ਲਾਣਾ ਜਾਂ ਕੀ ਲਗਾਉਣਾ, ਕਿਉਂਕਿ ਉਹਨਾਂ ਨੇ ਜੋ ਕੰਮ ਨੈਚੁਰਲ ਆਪਣੇ ਸਟਾਈਲ 'ਚ ਕਰਦੇ ਆ ਉਹ ਵੀ ਮੈਂ ਸਮਝਦਾ ਕਿ ਬਹੁਤ ਅੱਛਾ ਹੈ। ਹੁਣੇ ਹੁਣੇ ਸਾਡੇ ਭਗਤ ਜੀ ਸਾਡੇ 'ਚ ਖੜੇ ਆ ਔਰ ਬਹੁਤ ਵੱਡੇ ਮਾਰਜਨ ਨਾਲ ਜਿੱਤੇ ਆ ਅਤੇ ਮੰਤਰੀ ਬਣਾਏ ਆ, ਔਰ ਸਾਨੂੰ ਇਹ ਮਾਣ ਹੈ ਕਿ ਪੰਜਾਬ ਪ੍ਰਧਾਨ ਬਦਲਣ ਦੀ ਨੌਬਤ ਹੈ, ਕਿਉਂਕਿ 2022 ਦੇ ਵਿੱਚ ਜਿਹੜੀਆਂ 92 ਸੀਟਾਂ ਆਈਆਂ ਉਹ ਭਗਵੰਤ ਮਾਨ ਦੇ ਚਿਹਰੇ ਦੇ ਉੱਤੇ ਹੀ ਆਈਆਂ। ਕਹਿੰਦੇ ਆਮ ਆਦਮੀ ਪਾਰਟੀ 'ਚ ਪੰਜਾਬ ਸਭ ਤੋਂ ਵੱਡਾ ਚਿਹਰਾ ਉਹ ਭਗਵੰਤ ਮਾਨ ਹੀ ਨੇ, ਲੇਕਿਨ ਮਾਨ ਸਾਹਿਬ ਕਹਿ ਰਹੇ ਨੇ ਕਿ ਮੈਂ ਸਰਕਾਰ ਅਤੇ ਸੰਗਠਨ ਦੋਵੇਂ ਚੀਜ਼ਾਂ ਔਖੀਆਂ ਹੁੰਦੀਆਂ ਨੇ ਔਰ ਮੈਂ ਚਾਹੁੰਦਾ ਫੁੱਲ ਟਾਈਮ ਪ੍ਰਧਾਨ ਕੋਈ ਹੋਰ ਬਣੇ। ਦੇਖੋ, ਇਹ ਜਿਹੜੀ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਆਪਣੇ ਮਨ ਦੀ ਇੱਕ ਗੱਲ ਰੱਖੀ ਹੈਗੀ ਹੈ, ਇਹਦੇ ਉੱਪਰ ਫੈਸਲਾ ਜੋ ਲੈਣਾ ਉਹ ਲੈਣਾ ਹਾਈ ਕਮਾਂਡ ਨੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ। ਸੋ ਉਹਨਾਂ ਨੇ ਠੀਕ ਹੈ, ਉਹਨਾਂ ਨੇ ਮਹਿਸੂਸ ਕੀਤਾ ਹੋਣਾ ਕਿ ਮੈਂ ਅਗਰ ਪ੍ਰਧਾਨ ਕੋਈ ਹੋਰ ਹੋਵੇ ਤੇ ਬੈਟਰ ਕੰਮ ਹੋ ਸਕਦਾ ਹੈਗਾ, ਤੇ ਉਹਨਾਂ ਆਪਣੇ ਮਨ ਦੀ ਭਾਵਨਾ ਦੱਸੀ ਹੈ।
पार्टी तुहानू की लगता है मंत्री के तौर पर तुसी मंत्री हो हुण नवे नवे मंत्री बने हो तुहानू की लगता प्रधान होर होना चाहिए या भगवंत मान बहुत वड्डा चेहरा ने पार्टी का कहिंदे वन मैन आर्मी है ता ओही रहने चाहिए नहीं मैं तुहानू पहले भी कहा गया कि जो ना अपने मन की भावना रखी है हर आदमी का अपने मन की गल रखने का हक है सुन अपनी गल रखी है उसके बाद जी फाइनल फैसला या जो सोचना है प्रति साडे हैड जो हाई कमान हैगी है सुप्रीमो अरविंद केजरीवाल जी डॉक्टर संदीप पाठक जी वो सारे काम कर रहे ने अगर उन्होंने अपने मन की फैसला रखी कितना कितने कोई गल होगी तो उत्थे गल ट्रैवल करेगी तो दैन दे विल डिसाइड सो अपने मन की गल रखी है।